भारतीय जनमानस पार्टी युवा मोर्चा के कार्यकर्ता किशन शर्मा और बलवंत सिंह शाही की ओर से एक प्रेस वार्ता का आयोजन किया गया, जिसमें उन्होंने बताया कि वह गरीब लोगों की भलाई का काम करते हैं और उन्होंने शिंदरपाल नामक केस में लोगों की मदद की थी, जिसे शाहकोट के एजेंट चमकौर सिंह द्वारा गलत ढंग से दुबई भेज दिया गया था और अब इसी मामले को लेकर उक्त एजेंट की ओर से उन्हें धमकियां दी जा रही है। इस संबंधी उन्होंने SHO शाहकोट से भी मदद की गुहार लगाई है और उन्होंने उन्हें पूर्ण सहयोग देने का आश्वासन दिया है। उन्होंने कहा कि अगर उसे या उसके परिवार को कोई नुकसान पहुंचता है तो उसका जिम्मेदार एजेंट चमकौर सिंह होगा। जालंधर से हलचल के लिए सुरेंद्र बावा की रिपोर्ट। नवजोत वीर जी, मेरी हेलो, सत श्री अकाल जी। मेरा नाम गुरप्रीत कौर है, इंडिया पंजाब की मैं रहने वाली हाँ, जिला जलंधर, तहसील पलौर, पिंड गुड़े। जिहड़ा इंसान मैनू इत्थे दुबई दे विच फसा के चला गया है, 13,000 दराम वह मैनू वेच के चला गया, तकरीबन इंडिया का 3 लाख तो भी उपर बनता है। हुण तुसीं ये देखो, गरीब घर की मैं हैगी हाँ, मेरी फैमिली ने कितों पैसा दे देना, इन्ना नहीं साढ़े तो इन्नी गुजारिश नहीं हैगी भी असीं इन्ना पैसा दे दीए। जिहड़ा इंसान मैनू इत्थे कंपनी दे विच फसा के चला गया है और बेच के चला गया है, पैसे लैके चला गया है, उहदा एड्रैस मैं तुहानू फौरन देण लगी हाँ और उहनू फौरन सज़ा दित्ती जावे। ये जी मुकदमा 269/22 जिहड़ा चमकौर सिंह वासी चक बामणिया हैगा, इहदे खिलाफ अंडर सैक्शन 370 420 406 दे तहत जिहड़ा दर्ज होया साडे कोल। ਇਹਦੇ ਵਿੱਚ ਇਹਨੇ ਗੁਰਪ੍ਰੀਤ ਕੌਰ ਪਤਨੀ ਸ਼ਿੰਦਰਪਾਲ ਜਿਹੜੀ ਹੈ ਰਹਿਣ ਵਾਲੀ ਗੁੜੇ ਦੀ ਹੈ, ਉਹਨੂੰ ਇਹਨੇ ਦੁਬਈ 'ਚ ਭੇਜਿਆ ਸੀਗਾ ਅਤੇ ਇੱਥੋਂ ਉਹਦੇ ਨਾਲ ਜਿਹੜਾ ਮਤਲਬ ਕਹਿ ਕੇ ਜਿੱਦਾਂ ਜੋ ਵੀ ਇਹਨੇ ਕਮਿਟਮੈਂਟ ਕੀਤੀ ਸੀ ਉੱਥੇ ਉਹਨੇ ਪੂਰੀ ਨਹੀਂ ਕੀਤੀ ਅਤੇ ਲੜਕੀ ਨੇ ਉੱਥੇ ਜਿਹੜੀ ਆਪਣੀ ਵੀਡੀਓ ਪਾ ਕੇ ਜਿਹੜੀ ਆਪਣੀ ਗੱਲ ਇੱਥੇ ਪਹੁੰਚਾਈ ਹੈ। ਅਤੇ ਇਹਦੇ ਵਿੱਚ ਅਸੀਂ ਇਹਦੇ ਪਿੰਡ ਰੇਡ ਕੀਤੀ ਹੈ, ਇਹਦੀ ਖੋਤਾ ਇਹ ਜਮਗੌਰ ਸਿੰਘ ਜਿਹੜਾ ਇੱਕੋ ਦੋਸ਼ੀ ਹੈਗਾ, ਇਹ SHO ਦੁਬਈ ਹੈਗਾ, ਅਤੇ ਇਹਦੀ ਅਸੀਂ ਬਾਕੀ ਜਿਹੜੀ ਅਗਲੀ ਕਾਰਵਾਈ ਹੈ ਇਹਦੀ LOC ਅਸੀਂ ਜਾਰੀ ਕਰਵਾ ਕੇ ਵੀ ਜੇ ਇਹ ਏਅਰਪੋਰਟ 'ਤੇ ਵੀ ਮਤਲਬ ਇਹਨੂੰ ਅਰੈਸਟ ਕੀਤਾ ਜਾ ਸਕੇ। ਅਤੇ ਇਹਦੇ ਘਰ ਵੀ ਅਸੀਂ ਰੇਡ ਕੀਤੀ ਹੈ, ਉੱਥੇ ਇਹਦੇ ਮਤਲਬ ਮਾਂ ਪਿਓ ਸਾਨੂੰ ਮਿਲੇ ਨੇ, ਬਜ਼ੁਰਗ ਹੈਗੇ ਨੇ ਜਿਹੜੇ, ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਇਹਨਾਂ ਨਾਲ ਤਾਲਮੇਲ ਕਰਕੇ ਉਹਨੂੰ ਲੜਕੀ ਨੂੰ ਜਿਹੜਾ ਵਾਪਸ ਬੁਲਾਇਆ ਜਾ ਸਕੇ ਅਤੇ ਉਹਦੇ ਪਰਿਵਾਰ ਨੂੰ ਜਿਹੜਾ ਮਤਲਬ ਗੁਰਪ੍ਰੀਤ ਕੌਰ ਦੇ ਹਸਬੈਂਡ ਨਾਲ ਮੇਰੀ ਗੱਲ ਹੋਈ ਸੀ ਅਤੇ ਮੈਂ ਕੋਸ਼ਿਸ਼ ਕਰ ਰਿਹਾ ਜੀ ਇਹਦੇ ਵਿੱਚ ਵੀ ਜੇ ਉਹਨੂੰ ਅਸੀਂ ਇਹਨਾਂ ਦਾ ਮੇਨ ਜਿਹੜੀ ਲੜਕੀ ਨੂੰ ਹੈ ਜੇ ਇੰਡੀਆ ਵਾਪਸ ਲਿਆਈਏ ਤਾਂ ਥੋੜ੍ਹਾ ਇਹਨਾਂ ਦਾ ਜਿਹੜਾ ਮਸਲਾ ਹੱਲ ਕਰ ਸਕਦੇ। ਅਸੀਂ ਸ਼ਾਹਕੋਟ ਥਾਣੇ 'ਚ ਆਏ ਹਾਂ ਅਤੇ ਗੁਰਪ੍ਰੀਤ ਜਿਹੜੇ ਬਾਹਰ ਗਈ ਉਹਦੇ ਕਾਰਵਾਈ ਕਰਨ ਵਾਸਤੇ ਆਏ ਸੀ, ਉਹਦੀ ਸਟੇਟਮੈਂਟ ਬੈਂਕ ਦੀ ਜਿਹੜੇ 1,00,000 ਰੁਪਏ ਪਾਇਆ ਸੀ ਉਹਦੇ ਵਾਸਤੇ ਕਰਨ ਵਾਸਤੇ। ਮਸਲਾ ਇਹ ਸੀ ਵੀ ਗੁਰਪ੍ਰੀਤ ਜਿਹੜੀ ਬਾਹਰ ਗਈ ਆ, ਕਿਹੜੇ ਚਮਕੌਰ ਸਰ ਨੇ ਸੱਦੀ ਸੀ ਅਤੇ ਉਹ ਧੋਖਾਧੜੀ ਉਹਨੇ ਕੀਤੀ ਆ ਉੱਥੇ, ਕਿਹੜਾ ਬਾਕੀ ਵੀਡੀਓ 'ਚ ਸਾਰਾ ਕੁਛ ਬੋਲ ਦਿੱਤੀ ਹੈ, ਸਰਕਾਰ ਨੂੰ ਵੀ ਉਹਦੀ ਸਟੇਟਮੈਂਟ ਦੇ ਦਿੱਤੀ ਆ ਅਤੇ ਉਹ ਕੁਛ ਮੇਰੇ 'ਤੇ ਵੀ ਐਜੂਕੇਸ਼ਨ ਲਾਉਂਦਾ ਪਿਆ, ਮੈਂ ਉਹਦੀ ਕਾਰਵਾਈ ਕੀਤੀ ਸੀ ਕਰਕੇ। ਅਤੇ ਇੱਕ ਮੈਨੂੰ 4.5 ਮਹੀਨੇ ਹੋ ਗਏ ਕਾਰਵਾਈ ਕਰਦੇ ਨੂੰ ਪਤਾ ਕੀਤਾ ਅਤੇ ਸਰਕਾਰ ਤੋਂ ਵੀ ਉਹ ਸਰਕਾਰੀ ਏਜੰਸੀ ਵਿੱਚ ਆ ਵੀ ਉਹਨੇ 13,000 ਦਰਾਮ ਉੱਥੋਂ ਲਿਆ ਅਤੇ ਲੈ ਕੇ ਆਪ ਚਲੇ ਗਿਆ, 2 ਸਾਲ ਦਾ ਕਹਿੰਦਾ ਕੰਮ ਕਰੇ, ਠੀਕ ਨਹੀਂ। ਜਦੋਂ ਇਹ ਕੋਈ ਕਾਨੂੰਨ ਨਹੀਂ ਹੈਗਾ ਵੀ 2 ਸਾਲ ਅਗਲੇ ਨਾਲ ਕੀਤਾ ਜਾਵੇ, ਕਿਸੇ ਵੀ ਕਾਨੂੰਨ ਵਿੱਚ ਨਹੀਂ ਲਿਖਿਆ ਜਾਂਦਾ, ਕਿਉਂਕਿ ਪੈਸੇ ਤਾਂ ਉਹ ਲੈ ਕੇ ਗਿਆ ਆਖਰ ਕਰਕੇ, ਕਿਉਂਕਿ ਮੇਰੇ ਨਾਲ ਸੋਸ਼ਲ ਦਾ ਕੰਮ ਕਰਾਂ, ਮੇਰੇ ਜਲੰਧਰ ਤੋਂ ਭਾਰਤੀ ਜਨਮਾਨਸ ਪਾਰਟੀ ਕਿਸ਼ਨ ਸ਼ਰਮਾ ਯੁਵਾ ਮੋਰਚਾ ਇਹ ਮੇਰੇ ਨਾਲ ਜੁੜੇ, ਇਹਨਾਂ ਨੇ ਮੇਰੀ ਬਹੁਤ ਪੰਜਾਬ ਪ੍ਰਧਾਨ ਇਹ ਮੇਰੇ ਨਾਲ ਜੁੜੇ, ਇਹਨਾਂ ਨੇ ਮੇਰੀ ਹੈਲਪ ਕੀਤੀ ਇੱਥੇ ਤੱਕ ਪਹੁੰਚਾਉਣ ਤੱਕ, ਕਿਉਂਕਿ ਜੋ ਪੰਜਾਬ ਸਰਕਾਰ ਤੱਕ ਰਿਪੋਰਟ ਪਹੁੰਚੀ ਆ ਜਾਂ ਦਿੱਲੀ ਤੱਕ ਜਾਣੀ ਆ, ਇਸ ਕਰਕੇ ਇਹਨਾਂ ਦੀ ਬਦੌਲਤ ਉਹਦੇ ਨਾਲ ਸਾਡਾ ਜੁਆਇੰਟ ਕਰਕੇ ਹੈਗਾ ਕਰਕੇ ਇੱਥੇ ਤੱਕ ਪਹੁੰਚਿਆ ਵੀ ਕਿਹੜਾ ਉਹ ਸਰ ਮੈਨੂੰ ਇਸ ਚੀਜ਼ ਦਾ ਮੈਂ ਪਾਂ ਤਾਂ ਮੀਡੀਆ ਵਿੱਚ ਪਾ ਰਿਹਾ ਤਾਂ, ਕਿਉਂਕਿ ਮੈਨੂੰ ਧਮਕੀ ਦਿੱਤੀ ਸੀ ਉਹਨੇ, ਕਿਉਂਕਿ ਮੇਰੇ ਬੱਚੇ ਆ, ਮੇਰੇ ਪਰਿਵਾਰ ਆ, ਕਿਉਂਕਿ ਕੁਛ ਵੀ ਮੇਰੇ 'ਤੇ ਕਰਵਾ ਸਕਦਾ, ਇਸ ਕਰਕੇ ਮੈਂ ਮੀਡੀਆ ਵਿੱਚ ਇਹ ਕਰਕੇ ਦੱਸਣਾ ਚਾਹੁੰਦਾ ਵੀ ਮੇਰੇ 'ਤੇ ਕੋਈ ਵੀ ਦੁਰਘਟਨਾ ਕੀਤੀ ਜਾਵੇ, ਕਿਉਂਕਿ ਮੈਨੂੰ ਉਹਨੇ ਧਮਕੀ ਦਿੱਤੀ ਸੀ, ਇਸ ਕਰਕੇ ਵੀ ਤੈਨੂੰ ਮੈਂ ਦੱਸੂੰਗਾ। ਜੈ ਜਨਮਾਨਸ, ਜੈ ਸ਼ਿਵਾ ਜੀ। ਮੈਂ ਭਾਰਤੀ ਜਨਮਾਨਸ ਪਾਰਟੀ ਯੁਵਾ ਮੋਰਚਾ ਪੰਜਾਬ ਪ੍ਰਧਾਨ ਕਿਸ਼ਨ ਸ਼ਰਮਾ, ਅੱਜ ਅਸੀਂ ਸ਼ਾਹਕੋਟ ਆਏ ਹਾਂ, ਦਰਖਾਸਤ ਜਿਹੜੀ ਇਹਨਾਂ ਦੀ ਹੈਗੀ ਸੀ ਅਤੇ ਅਸੀਂ SHO ਨੂੰ ਮਿਲੇ ਹਾਂ ਅਤੇ ਉਹਨਾਂ ਨੇ ਬਹੁਤ ਵਧੀਆ ਸਾਡੀ ਸੁਣਵਾਈ ਕੀਤੀ ਹੈ ਔਰ ਸਾਨੂੰ ਵਿਸ਼ਵਾਸ ਦਿਵਾਇਆ ਜਿਹੜੀ ਕੁੜੀ ਤੁਹਾਡੀ ਬਾਹਰ ਗਈ ਹੈ ਫਸੀ ਹੋਈ ਆ ਉਹਨੂੰ ਅਸੀਂ ਲੈ ਕੇ ਆਵਾਂਗੇ।